ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਐਨਆਰਏ ਨਾਲ ਚਿੱਟੇ ਦਿਨ ਹੋ ਗਿਆ ਜਿਹਾ ਕਾਹਨ ਸਭ ਰਹਿ ਗਏ ਹੱਕੇ ਬੱਕੇ ਲੋਕਾਂ 'ਚ ਪਈ دہشت ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਅੱਜ ਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਹੁਣ ਐਨਆਰਏ ਨਾਲ ਚਿੱਟੇ ਦਿਨ ਜਿਹਾ ਕਾਹਨ ਹੋ ਗਿਆ ਜਿਸ ਨੂੰ ਸੁਣ ਕੇ ਸਭ ਭੱਗ ਕੇ ਬੱਕੇ ਰਹਿ ਗਏ ਤੇ ਲੋਕਾਂ 'ਚ دہشت ਫੈਲ ਗਈ ਪ੍ਰਾਪਰ ਜਾਣਕਾਰੀ ਸੇ ਹਾਸਾ ਪਿੰਡ ਸਾਂਝ ਕਲਰ ਦੇ एनआरआई जर्नैल सिंह ਨਾਲ ਉਸਨੂੰ ਵਾਪਰ ਜਦੋਂ ਉਹ ਆਪਣੀ ਕਾਰ 'ਚ ਸਵਾਰ ਹੋ ਕੇ ਨਜ਼ਦੀਕੀ ਪਿੰਡ ਲਾਡੀਆਂ ਤੋਂ ਨਾਨ ਨੂੰ ਮਾਜ਼ਰਾ ਦੇ ਰੋਡ ਤੇ ਜਾ ਰਿਹਾ ਸੀ ਉਸ ਸਮੇਂ ਹੀ ਰਸਤੇ 'ਚ ਦੋਨੋਂ ਜਵਾਨਾਂ ਵੱਲੋਂ ਇੱਕ ਲੜਕੇ ਵੱਲ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਮਦਦ ਕਰਨ ਵਾਸਤੇ ਰੁਕੇ ਤਾਂ ਉਹਨਾਂ ਵੱਲੋਂ ਤੀਸਰ ਹਥਿਆਰ ਅਤੇ ਪਿਸਤੌਲ ਦੀ ਨੋਕ ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਸ ਕਾਰਨਾ ਦੇ ਦੌਰਾਨ ਉਹ ਹੱਥੋਪਾਈ ਵੀ ਹੋ ਗਈ ਤੇ ਜਰਨੈਲ ਦਾ ਆਈਫੋਨ ਵੀ ਖੋਲੇ ਇਸ ਕਰਨ ਦੀ ਜਾਣਕਾਰੀ ਪੀਰਤਵਲਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਤੇ ਉੱਥੇ ਦੁਕਾਨ ਚ ਕਲਾ ਫਲੋਰ ਤੇ ਘੁਰਾਈਆਂ ਦੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੇ ਜ਼ਰੀਏ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਮਾਮਲੇ ਨੂੰ ਹੱਲ ਕਰਨ ਵਾਸਤੇ ਪੁਲਿਸ ਵੱਲੋਂ ਜਿੱਥੇ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ ਇਸ ਘਟਨਾ ਕਾਰਨ ਇਲਾਕੇ 'ਚ ਡਰ ਦਾ ਮਾਹੌਲ ਹੈ ਖਬਰ ਨੂੰ ਲਾਸਤ ਦੇਖਣ ਲਈ ਤੁਹਾਡਾ